ਬਿਸਮਿਲ੍ਲਾਹਿਰ ਰਹਿਮਾਨ ਰਹੀਮ। ਅਸਲਾਮ ਵਾਲੇਕੁਮ ਨਾਜ਼ਰੀਨ, ਤੁਸੀਂ ਵੇਖ ਰਹੇ ਹੋ ਬਿਸ਼ਾਰਤ ਅਲੀ ਟੀਵੀ ਔਰ ਮੈਂ ਤੁਹਾਡਾ ਮੇਜ਼ਬਾਨ ਬਿਸ਼ਾਰਤ ਅਲੀ। ਨਾਜ਼ਰੀਨ, ਦੋ ਮਾਸ਼ਾਅੱਲਾ ਤੋਕੜ ਮੱਝਾਂ ਅਤੇ ਇੱਕ ਹੈ ਵਾਲੀ ਜਿਹੜੀ ਸੱਜਰੀ ਅਤੇ ਮੁੱਲ ਤੋਕੜਾਂ ਵਾਲੇ 'ਚ ਸੂਈ ਹੈ। 15 ਕੁ ਦਿਨ ਹੋ ਗਿਆ ਜੀ ਸੂਈ ਨੂੰ ਪਿੱਛੇ, ਮਾਸ਼ਾਅੱਲਾ ਇਹਦੇ ਆ ਕੱਟੀ ਹੈ ਸੋਹਣੀ ਅਤੇ ਬਿਹਤਰੀਨ। ਇਹ ਮਾਸ਼ਾਅੱਲਾ ਹੈ ਵੀ ਮੀਣੀ, ਮਾਸ਼ਾਅੱਲਾ ਲਵੀ ਹੈ। ਬਸ ਇਹ ਕਿ ਜਿਹੜੇ ਘਰ ਕੋਲ ਰਹੀ ਉਹਨੇ ਇਹਨੂੰ ਭੁੱਖਾਂ ਨਾਲ ਮਾਰ ਦਿੱਤਾ। ਬਾਕੀ ਮਾਸ਼ਾਅੱਲਾ ਨਸਲ ਜ਼ਾਤ ਦੀ ਪੂਰੀ ਅਤੇ 15-16 ਦਿਨ ਅੱਜ ਸੂਈ ਨੂੰ ਹੋ ਗਿਆ। ਥਣ ਛਣ ਮਾਸ਼ਾਅੱਲਾ ਸੋਹਣਾ, ਪੂਰੀ ਮੁੱਠ ਮੁੱਠ ਦਾ ਵੰਡਾਂ ਵਿਰਲਾਂ ਸੋਹਣੀਆਂ। ਬਾਕੀ ਤੁਹਾਡੇ ਸਾਹਮਣੇ ਹੈਗਾ ਹਿਸਾਬ ਕਿਤਾਬ। ਬਾਕੀ ਮੱਝ ਕੋਲ ਮਾਸ਼ਾਅੱਲਾ ਕੱਦ ਸ਼ੱਦ ਥਣ ਧੁੰਨੀ ਕੋਲੀ ਬਿਲਕੁਲ ਕੋਣੀ, ਕਾਲੀ ਕੱਟ ਸਿੰਘ ਜਿਹੜੇ ਨੇ ਉਹ ਥੱਲੇ ਨੂੰ ਨੇ, ਹਿਲਦੇ ਨਹੀਂ ਗੇ, ਨਹੀਂ ਨਾ ਹਿਲਦੇ, ਹਿਲਦੇ ਕੋਣੀ ਜੀ, ਉਂਝ ਜਿਹੜੇ ਨੇ ਮੀਣੇ ਨੇ। ਮੁੱਲ ਬੜਾ ਥੋੜ੍ਹਾ ਝੋਟੀ ਦਾ, ਪਸੰਦ ਆਉਣ ਵਾਲਾ ਮੁੱਲ ਹੈ ਮਾਸ਼ਾਅੱਲਾ। ਮਗਰ ਵੀ ਫਿਰ ਮੱਝ ਦੇ ਕੱਟੀ ਹੈ ਸੋਹਣੀ ਬਰੀਕ, ਧੁੰਨੀ ਕੋਲੀ ਦਾ ਨਾਮੋ ਨਿਸ਼ਾਨ ਕੋਈ ਨਹੀਂ। ਹੱਡੀ ਮੱਝ ਦੀ ਵੇਖ ਲਓ, ਇੱਕ ਜਦੋਂ ਥੋੜ੍ਹਾ ਜਿਹਾ ਇਹਨੇ ਸੰਭਣਾ ਐਨ ਹੱਡੀਆਂ ਜਿਹੜੀਆਂ ਲੁਕ ਜਾਣੀਆਂ ਨੇ, ਇੱਕ ਬਰੀਕ ਹੱਡੀ ਜਿਹੜੀ ਹੈ ਉਹੀ ਉੱਤੇ ਆਉਣੀ ਹੈ। ਮਾਸ਼ਾਅੱਲਾ ਸੋਹਣਾ ਲੇਵਾ ਸ਼ੇਵਾ, ਜਿੰਨਾ ਇਹਦਾ ਮੁੱਲ ਥੋੜ੍ਹਾ ਨਾ, ਇੰਨੇ 'ਚ ਅੱਜ ਕੱਲ੍ਹ ਕੁਛ ਵੀ ਨਹੀਂ ਆਉਂਦਾ, ਯਕੀਨ ਮੰਨੋ। ਤੁਹਾਡਾ ਤੁਹਾਨੂੰ ਮੁੱਲ ਵੀ ਇਹਦਾ ਦੱਸਾਂਗੇ। ਇਹ ਮੱਝਾਂ ਜੀ ਦੋਵੇਂ ਤੋਕੜ ਨੇ ਦੋਸਤਾਂ ਦੇ ਸਾਹਮਣੇ, ਮਾਸ਼ਾਅੱਲਾ ਦੋਵੇਂ ਹੀਰੇ ਨੇ। ਇਹਨਾਂ ਦੇ ਕੱਦ ਕਾਠ ਵੇਲਾਂ ਬੜੀਆਂ ਨੇ ਮੱਝਾਂ ਦੀਆਂ ਮਾਸ਼ਾਅੱਲਾ। ਇਹਦੇ ਕੋਲ ਵੇਖੋ ਸੱਜਣਾ ਜੀ ਨਾਲ ਲੇਵਾ, ਇਹ ਝੋਟੀ ਮੱਝ ਹੁਣ ਵੀ ਲੈ ਕੇ ਖੜੀ ਹੈ। ਦੋਵੇਂ ਅੱਖਾਂ ਸਫੈਦ, ਅੱਗੂ ਨੀਵੀਂ ਅਤੇ ਮਗਰੋਂ ਉੱਚੀ, ਕੱਦ ਕਾਠ ਪੂਰਾ ਵੱਡਾ, ਥਣ ਪੂਰੀ ਮੁੱਠ ਦਾ ਬਿੱਥਾਂ 'ਤੇ, ਅਤੇ ਅੱਖਾਂ ਦੋਵੇਂ ਸਫੈਦ, ਵੱਖੀਆਂ ਛੋਟੀਆਂ। ਇਹ ਵੇਖੋ ਵਧਰਾਂ ਪਈਆਂ ਨੇ, ਇਹ ਮੱਝ ਨੇ ਜਦੋਂ ਟਾਈਮ 'ਤੇ ਆਉਣਾ ਇਹ ਵਧਰਾਂ ਵੁਧਰਾਂ ਕੱਢਣੀਆਂ ਨੇ, ਅਤੇ ਗਿੱਠ ਗਿੱਠ ਅੱਲਾ ਦੇ ਹੁਕਮ ਦੇ ਨਾਲ ਪੱਟਾਂ 'ਚੋਂ ਹਵਾਨਾ ਬਾਹਰ ਹੋਵੇਗਾ। ਥੋੜ੍ਹਾ ਬਹੁਤਾ ਇਹਨੂੰ ਖੋਲ੍ਹ ਕੇ ਵੀ ਦਿਖਾਓ, ਇਹਨੂੰ ਕੋਈ ਅਸਨੇ ਇਹਨੂੰ ਤੋੜ ਲੈ। ਨਾਲ ਪਰਾਂ ਖੜੀਆਂ ਨੇ ਜੀ ਮੱਝ, ਇਹ ਜਿਹੜੀ ਹੈ ਮਾਸ਼ਾਅੱਲਾ ਬੜਾ ਪੁੱਠਾ ਛੁੱਟਾ, ਖੂਬਸੂਰਤ ਝੋਟੀ ਦਾ, ਬਿਹਤਰੀਨ ਹੈ, ਸੋਹਣੀ ਹੈ, ਕਾਲੀ ਕੱਟ, ਸਿੰਘ ਸੁੰਘ ਸੋਹਣਾ ਮਾਸ਼ਾਅੱਲਾ। ਇਹ ਚੈੱਕ ਕਰੋ ਜੀ, ਲੈ ਲੈ ਕਿਆ ਬਾਤ ਹੈ, ਬੰਨ ਦਿਓ ਜੀ, ਬੰਨ ਦਿਓ ਇਹਨੂੰ ਨਾਲ। ਇਹ ਜੀ ਯਾਸੀਨ, ਇਹਨੂੰ ਵੀ ਆ ਪਰਲੀ ਨੂੰ ਵੀ ਤੋਕੜ ਨੂੰ ਖੋਲ੍ਹ ਕੇ ਬਣਾ ਲਿਆ। ਮਾਸ਼ਾਅੱਲਾ ਜੀ ਬੜੇ ਮਕੂਲ, ਥੋੜ੍ਹੇ ਥੋੜ੍ਹੇ ਮੁੱਲ ਨੇ ਹਿਸਾਬ ਕਿਤਾਬ ਦੇ। ਮਾਸ਼ਾਅੱਲਾ ਹਵਾਨਾ ਹਵੂਨਾ ਇਹਦੇ ਕੋਲ ਵੀ ਪੂਰਾ, ਚੈੱਕ ਕਰ ਲਓ, ਸੱਜਣਾ ਤਰ੍ਹਾਂ ਹਵਾਨਾ ਲੈ ਕੇ ਫਿਰਦੀ ਹੈ। ਲਿਆ 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 ਲੈ ਇਹਨੂੰ ਬੰਨ, ਮੀਣੀ ਨੂੰ ਵੀ ਥੋੜ੍ਹਾ ਜਿਹਾ ਨਾ ਟੋਰ ਫੇਰ ਕੇ ਵਿਖਾ ਦੇ। ਚੱਲ ਕਰਮਾਂ ਲਈ ਟੋਰ, ਹਾਂ ਮਾਸ਼ਾਅੱਲਾ ਜੀ, ਤੋਰੇ ਫੇਰੇ ਸਾਰੀਆਂ ਮੱਝਾਂ ਦੇ ਤਸੱਲੀ ਨਾਲ ਚੈੱਕ ਕਰਵਾ ਦਿੰਦੇ ਹਾਂ, ਤਾਂ ਕਿ
ਦੋਸਤਾਂ ਨੂੰ ਜਿਹੜਾ ਕਿਸੇ ਗੱਲ ਦੀ ਪਰੇਸ਼ਾਨੀ ਨਾ ਆਵੇ। ਲੈ ਆ ਪਿਛਾਂ ਯਾਸੀਨ, ਇਹਦੀ ਨਾਲ ਡਿਟੇਲ ਦੱਸ ਦੇ। ਸਭ ਤੋਂ ਪਹਿਲੇ ਦੱਸ ਵੀ ਕੱਟੀ ਨੂੰ ਪਿਆ ਕੇ ਜਾਂ ਸਾਰਾ? ਨਹੀਂ ਸਾਰਾ ਹੀ ਯਾਰ। ਅੱਛਾ, ਗਰੀਬ ਘਰ ਛੇ। ਹਾਂ ਠੀਕ ਹੈ, 6 ਕਿਲੋ ਦੁੱਧ ਦੇ ਪਿੱਛੇ ਕੱਟੀ ਹੈ। ਸੂਈ ਨੂੰ ਅੱਜ ਕਿੰਨੇ ਦਿਨ ਹੋ ਗਿਆ? 15 ਤੋਂ 16 ਦਿਨ ਹੋ ਗਿਆ। ਠੀਕ ਹੈ, ਸੂਆ ਕਿੰਨਵਾਂ ਸੂਈ ਹੋਈ? ਬਸ ਸੋਹਣੀ ਗੱਲ। ਇਹਦੇ ਮੁੱਲ? ਮੁੱਲ 2,40,000। 2,40,000 ਰੁਪਈਆ, ਕਿਆ ਬਾਤ ਹੈ। ਪੂਰੀ ਮੁਹੱਬਤ ਵਾਲਾ ਮੁੱਲ ਕੋਈ 19-20 ਹੈਗੀ ਹੈ। ਠੀਕ ਹੈ, ਨਾਲ ਆ ਗਈ ਜੀ ਇਹ ਤੋਕੜ। ਇਹ ਤੋਕੜ ਕੋਲ ਦੁੱਧ ਕਿੰਨਾ? 7 ਕਿਲੋ ਦੁੱਧ, 2 ਟਾਈਮ ਚੋਲ, 6 ਕਿਲੋ ਕਰ ਤੂੰ। 6 ਕਿਲੋ ਹੋ ਗਿਆ, 2 ਟਾਈਮ ਚੋਲ। ਗੱਬਣ ਹੈ? ਨਹੀਂ ਕੋਈ ਗੱਬਣ ਨਹੀਂ। ਕਿੰਨਾ ਪੈਸਾ? ਇਹਦਾ 2,30,000। 2,30,000 ਕੋਈ 19-20 ਹੈਗੀ ਪਿਆਰ ਮੁਹੱਬਤ। ਅੱਗੇ ਆ ਗਈ ਮੱਝ ਹੈ, ਮੱਝ ਜਿਵੇਂ ਨਵੀਂ ਹੋਈ ਜੀ। ਅੱਛਾ, ਜਿਹੜਾ ਜਿਵੇਂ ਪਿਛਲਾ। ਠੀਕ ਹੈ, ਦੁੱਧ 6 ਕਿਲੋ। ਆਪਣੇ ਹੱਥੀ ਜੁਮੇ ਨੂੰ। ਠੀਕ ਹੈ, ਕੋਲ 6 ਕਿਲੋ, ਦੋ ਦੋ ਟਾਈਮ ਮਿਲਦੀਆਂ ਨੇ? ਦੋ ਦੋ ਟਾਈਮ। ਤਿੰਨੇ ਮੱਝਾਂ? ਤਿੰਨੇ। ਠੀਕ ਹੈ, ਇਹਨਾਂ ਮੱਝਾਂ ਨੇ ਸੁਬਾਹ ਕਿੰਨਵਾਂ ਕਿੰਨਵਾਂ ਸੁਣਿਆ? ਤੀਸਰਾ ਤੀਸਰਾ, ਚੌਥਾ ਚੌਥਾ, ਪੰਜਵਾਂ ਪੰਜਵਾਂ, ਦੂਸਰੇ ਤੀਸਰੇ ਤੀਸਰੇ ਹੈਗੀਆਂ ਨੇ ਜੀ। ਅੱਗੂ ਲਿਆਏ ਦੇ ਨੇ ਕਿਹੜਾ ਵੀ ਘਰੇ ਅੰਦਾਜ਼ਨ ਆਪੇ ਵੀ ਜਾਨਵਰ ਵੇਖਿਆ ਵੀ ਪਤਾ ਲੱਗ ਜਾਂਦਾ। ਸੁਣੋ ਮਿਣੀ, ਮੈਂ ਬਿਮਾਰ ਆਖੇ, ਹਾਂ ਮੋਕ ਆਖੇ, ਕੋਈ ਨੁਕਸਾ ਬਣਾਵੇ ਆਪਣੀ ਇੱਥੇ ਤਸੱਲੀਆਂ ਕਰ ਲਵੇ, ਡੱਟ ਲੈ ਕੋਈ, ਮੈਂ ਨੁਕਸਾ ਵੀ ਆ, ਮੈਂ ਪੱਠੇ ਵੀ ਰੱਖਾਂ ਦੀ ਵੀ। ਠੀਕ, ਮਾੜੇ ਘਰ ਕੋਲ ਸੀ, ਘਾਹ ਤੇ ਪਾਲਦੇ ਸੀ। ਠੀਕ ਹੋ ਗਿਆ, ਚਲੋ ਬਸ ਕਮਾਲ, ਸੋਹਣੀ ਗੱਲ ਜੀ ਯਾਸੀਨ, ਕਮਾਲ ਕਰਤੀ। ਇਹ ਦੀ ਕੱਟੀ ਹੈ ਜੀ 2,40,000, 2,30,000 ਤੇ 2,40,000 ਮੁੱਲ ਜਿਹੜੇ ਨੇ ਪਿਆਰ ਵਾਲੇ ਨੇ ਜੀ।